ਨਰਾਇਣਗੜ੍ਹ ਦੇ ਇੱਕ ਪਿੰਡ ਨੈਕਨਵਾ ਵਿੱਚ ਸਮਾਜ ਸੁਧਾਰਕ ਕਮੇਟੀ ਦੀ ਇੱਕ ਮੀਟਿੰਗ ਹੋਈ ਜਿੱਥੇ ਫੈਸਲਾ ਲਿਆ ਗਿਆ ਕਿ 10 ਦਸੰਬਰ ਪਿੰਡ ਅਹਿਮਦਪੁਰ ਵਿੱਚ ਗੁਰੂ ਘਰ ਦਾ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ ਵਿੱਚ ਇਲਾਕੇ ਦੀ ਸੰਗਤ ਤੋਂ ਬੇਨਤੀ ਕੀਤੀ ਗਈ ਕਿ ਉਹ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨ। ਗੁਰੂ ਦਾ ਲੰਗਰ ਵੀ ਖੁੱਲ੍ਹਾ ਵਰਤਾਇਆ ਜਾਵੇਗਾ। ਇਸ ਦੇ ਨਾਲ ਹੀ ਕਮੇਟੀ ਵੱਲੋਂ ਲੋਕਾਂ ਦੇ ਅੰਦਰੋਂ ਭੇਦਭਾਵ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਕਮੇਟੀ ਵੱਲੋਂ ਇੱਕ ਐਂਬੂਲੈਂਸ ਦਾ ਵੀ ਇੰਤਜ਼ਾਮ ਕਰਨ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦਾ ਵੀ ਜ਼ਿੰਮਾ ਚੁੱਕਣ ਦੀ ਗੱਲ ਕਹੀ ਗਈ ਹੈ। ਨਰਾਇਣਗੜ੍ਹ ਇਲਾਕੇ ਦੀ ਸਮਾਜ ਸੁਧਾਰ ਕਮੇਟੀ ਜੋ ਪਿਛਲੇ ਲਗਭਗ 1.5 ਸਾਲ ਤੋਂ ਕੰਮ ਕਰ ਰਹੀ ਹੈ, ਉਸੇ ਕੰਮ ਦੇ ਉੱਤੇ ਅੱਜ ਜੋ ਨੇਕਨਾਮਾ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਮਤਲਬ ਜਿਹੜੀ ਮੀਟਿੰਗ ਹੋਈ ਹੈ, ਇਹ ਬੜੇ ਅੱਛੇ ਤਰੀਕੇ ਨਾਲ ਮੀਟਿੰਗ ਹੋਈ ਔਰ ਨੇਕਨਾਮਾ ਦੀ ਸੰਗਤ ਨੇ ਬੜੇ ਸੋਹਣੇ ਤਰੀਕੇ ਨਾਲ ਸੰਗਤ ਦਾ ਸਵਾਗਤ ਕੀਤਾ ਔਰ ਜੋ ਮੀਟਿੰਗ 'ਚ ਫੈਸਲਾ ਲਿਆ ਗਿਆ, ਇੱਕ ਤਾਂ ਦਸੰਬਰ ਦੇ ਵਿੱਚ ਕੀਰਤਨ ਦਰਬਾਰ ਜਿਹੜਾ ਹੈਗਾ ਉਹ ਪਿੰਡ ਅਹਿਮਦਪੁਰ ਦੇ ਵਿੱਚ 10 ਦਸੰਬਰ ਨੂੰ ਹੋਏਗਾ, ਜਿਹਦੇ ਵਿੱਚ ਜਥੇਦਾਰ ਗਿਆਨੀ ਬੰਤਾ ਸਿੰਘ ਜੀ ਕਥਾਵਾਚਕ ਉਹ ਵਿਸ਼ੇਸ਼ ਤੌਰ 'ਤੇ ਪਹੁੰਚਣਗੇ ਔਰ ਨਾਲ ਹੀ ਢਾਡੀ ਜਥਾ ਲਾਂਡਰਾਂ ਵਾਲੇ ਗੁਰਪ੍ਰੀਤ ਸਿੰਘ ਜੀ ਉਹ ਵੀ ਉਹਦੇ 'ਚ ਆਉਣਗੇ ਔਰ ਹਜ਼ੂਰੀ ਰਾਗੀ ਜਥਾ ਗਿਆਨੀ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਉਹ ਵੀ ਉੱਥੇ ਵਿਸ਼ੇਸ਼ ਤੌਰ 'ਤੇ ਪਹੁੰਚਣਗੇ ਔਰ ਇਲਾਕੇ ਦੀ ਸੰਗਤਾਂ ਨੂੰ ਇਹ ਅਪੀਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਉੱਥੇ ਪਹੁੰਚਣ ਔਰ ਜੋ ਉਹਨਾਂ ਦੇ ਵਿਚਾਰ ਸੁਣਨ। ਗੁਰੂ ਮਹਾਰਾਜ ਦੀ ਜੋ ਸ਼ਬਦ ਹੈ, ਕੀਰਤਨ ਹੈ, ਢਾਡੀ ਦੇ ਰਾਹੀਂ ਕਥਾਵਾਚਕ ਦੇ ਰਾਹੀਂ ਕੀਰਤਨ ਦਾ ਸੁਣ ਕੇ ਆਪਣੇ ਜੀਵਨ ਢਾਲਣ ਔਰ ਇੱਕ ਪ੍ਰੋਗਰਾਮ ਜਿਹੜਾ ਹੈਗਾ 1 ਨਵੰਬਰ ਨੂੰ ਪੰਜੋੜੀ ਪਿੰਡ ਤੋਂ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਕੱਢਿਆ ਜਾਏਗਾ, ਜਿਹੜੀ ਕਿ ਪੰਜੋੜੀ ਦੀ ਸੰਗਤਾਂ ਨੇ ਉਹ ਬੜੇ ਪਿਆਰ ਨਾਲ ਸਤਿਕਾਰ ਨਾਲ ਉਹ ਜਿਹੜਾ ਪ੍ਰੋਗਰਾਮ ਹੈ ਨਗਰ ਕੀਰਤਨ ਦਾ ਉਹ ਉਹਨਾਂ ਨੇ ਆਰੰਭ ਕਰਨਾ ਹੈ। ਲਗਭਗ ਸਵੇਰੇ 9 ਵਜੇ ਆਰੰਭ ਹੋਏਗਾ ਔਰ ਸਾਰੇ ਹੀ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ ਉਹ ਸਾਰੇ ਪਿੰਡਾਂ ਜਾ ਕੇ ਦੱਸਣਗੇ ਕਿ ਆਪਣਾ ਇਹ ਪ੍ਰੋਗਰਾਮ 9 ਜਿਹੜਾ ਹੈਗਾ 1 ਨਵੰਬਰ ਦਾ 9 ਵਜੇ ਪੰਜੋੜੀ ਤੋਂ ਚੱਲ ਕੇ ਅੱਗੇ ਕਿਹੜੇ ਪਿੰਡ ਜਾਏਗਾ ਉਹ ਸਾਰਾ ਦੱਸਿਆ ਜਾਏਗਾ ਔਰ ਇਸੇ ਤਰ੍ਹਾਂ For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.